ਅਵਾਜ਼ੇ ਗਾਉਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੀਆਂ ਮੁੱਖ ਖਬਰਾਂ 'ਤੇ ਇੱਕ ਨਜ਼ਰ ਮਾਰਦੇ ਹਾਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਅੱਜ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸੇ ਸੰਬੰਧ ਵਿੱਚ ਕੱਲ੍ਹ ਮਹਾਨਗਰ ਜਲੰਧਰ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸੀ। ਧਾਰਮਿਕ ਸਥਾਨ ਸ੍ਰੀ ਖੁਰਾਰਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਵਿਸ਼ੇਸ਼ ਸੰਬੰਧ ਰੱਖਦਾ ਹੈ। ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਾਰਮਿਕ ਸਥਾਨ ਖੁਰਾਰਗੜ੍ਹ ਸਾਹਿਬ ਦਾ ਨਿਰਮਾਣ 1515 ਵਿੱਚ ਰਾਜਾ ਬੈਣ ਸਿੰਘ ਨੇ ਕਰਵਾਇਆ ਸੀ। ਦੱਸਿਆ ਜਾਂਦਾ ਕਿ ਇੱਥੇ ਗੁਰੂ ਜੀ 4 ਸਾਲ 2 ਮਹੀਨੇ ਅਤੇ 11 ਦਿਨ ਰਹੇ। ਇੱਥੇ ਪੂਰੇ ਪੰਜਾਬ ਤੋਂ ਸੰਗਤ ਹਰ ਸਾਲ ਮੱਥਾ ਟੇਕਣ ਲਈ ਆਉਂਦੀ ਹੈ। ਇੱਥੇ ਪੰਜਾਬ ਸਰਕਾਰ ਨੇ 2016 ਵਿੱਚ ਮੀਨਾਰੇ ਬੇਗਮਪੁਰਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਇਸ ਦੀ ਲਾਗਤ 117 ਕਰੋੜ ਸੀ। ਇਸ ਮੀਨਾਰ ਦੇ ਕੋਲ ਅਜਿਹੇ ਹਾਲ ਦਾ ਵੀ ਨਿਰਮਾਣ ਹੋ ਰਿਹਾ ਜਿੱਥੇ 10,000 ਲੋਕ ਬੈਠ ਸਕਣਗੇ। ਹਾਲਾਂਕਿ ਇਸ ਦਾ ਨਿਰਮਾਣ ਕਰਨ ਵਿੱਚ ਥੋੜ੍ਹੀ ਦੇਰੀ ਹੋਈ ਹੈ। ਕੰਮ ਨੂੰ ਕਈ ਵਾਰ ਬੰਦ ਵੀ ਕਰ ਦਿੱਤਾ ਗਿਆ ਪਰ ਇਹ ਸਾਲ ਪੂਰਾ ਹੋਣ ਦੀ ਉਮੀਦ ਹੈ। ਗੁਰੂ ਰਵਿਦਾਸ ਜੀ ਨੇ ਇੱਥੇ ਰਹਿੰਦੇ ਹੋਏ ਬਾਣੀ ਦੇ ਕਈ ਸ਼ਬਦ ਰਚੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਅਤੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ ਅਤੇ ਭਾਈ ਸੁਖਵਿੰਦਰ ਸਿੰਘ ਨੇ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਉਹਨਾਂ ਦੇ ਵਿਚਾਰਧਾਰਾ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਦੌਰਾਨ ਪੁੱਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਉਂਦੀ ਹੈ ਜਿਸ ਤਹਿਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਸਮਾਗਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗੁਰੂ ਰਵਿਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਾਵਨ ਬਾਣੀ ਮਾਨਵਤਾ ਦਾ ਸੁਚੱਜਾ ਮਾਰਗ ਦਰਸ਼ਨ ਕਰਦੀ ਹੈ। ਉਹਨਾਂ ਸੰਗਤਾਂ ਨੂੰ ਗੁਰਬਾਣੀ ਦੀਆਂ ਮੁੱਲਵਾਨ ਸਿੱਖਿਆਵਾਂ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸੇ ਸੰਬੰਧ ਵਿੱਚ ਸਜਾਏ ਗਏ ਦੀਵਾਨ ਅੰਦਰ ਢਾਡੀ ਭਾਈ ਗੁਰਭੇਜ ਸਿੰਘ ਚਵਿੰਡਾ ਅਤੇ ਪ੍ਰਚਾਰਕ ਭਾਈ ਤਰਸੇਮ ਸਿੰਘ ਨੇ ਸੰਗਤ ਨੂੰ ਗੁਰ ਇਤਿਹਾਸ ਦਾ ਸਰਵਣ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਦੇ ਬਾਅਦ ਲੰਘੇ ਕੱਲ੍ਹ ਆਪਣੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਇੱਕ ਅਕਾਲੀ ਨੇਤਾ ਦੇ ਨੂੰਹ ਪੁੱਤ ਨੂੰ ਵਿਆਹ ਦਾ ਸ਼ਗਨ ਦੇਣ ਲਈ ਆਪਣੀ ਨਿੱਜੀ ਕੋਠੀ ਵਿੱਚੋਂ ਬਾਹਰ ਨਿਕਲੇ। ਸੂਤਰਾਂ ਦੇ ਮੁਤਾਬਕ ਸਰਦਾਰ ਬਾਦਲ ਕੋਰੋਨਾ ਦੇ ਕਾਰਨ ਪਿਛਲੇ 7-8 ਮਹੀਨਿਆਂ ਤੋਂ ਆਪਣੇ ਪਿੰਡ ਬਾਦਲ ਵਿੱਚ ਹਨ ਅਤੇ ਉਹਨਾਂ ਦੀ ਸਿਹਤ ਦਾ ਬਹੁਤ ਖਿਆਲ ਰੱਖਿਆ ਜਾ ਰਿਹਾ। ਸਰਦਾਰ ਬਾਦਲ ਵੱਲੋਂ ਲੰਬਾ ਸਮਾਂ ਇਕਾਂਤਵਾਸ ਤੋਂ ਬਾਅਦ ਫਿਰ ਸਮਾਜਿਕ ਅਤੇ ਭਾਈਚਾਰਕ ਸਮਾਗਮ ਵਿੱਚ ਜਾਣਾ ਸ਼ੁਰੂ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਤੰਦਰੁਸਤ ਅਤੇ ਠੀਕ ਠਾਕ ਨੇ ਅਤੇ ਹੁਣ ਆਪਣੇ ਹਲਕੇ ਤੋਂ ਬਾਹਰ ਵੀ ਅਕਾਲੀ ਦਲ ਦੇ ਵਰਕਰਾਂ ਨੂੰ ਦਰਸ਼ਨ ਦੀਦਾਰ ਦੇ ਸਕਦੇ ਨੇ। ਕੇਂਦਰ ਸਰਕਾਰ ਵੱਲੋਂ ਜਦ 2019 ਵਿੱਚ ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਕਾਨੂੰਨਾਂ ਨੂੰ ਸਹਿਮਤੀ ਦਿੱਤੀ ਗਈ ਸੀ। ਅੱਜ ਇਹਨਾਂ ਕਾਨੂੰਨਾਂ ਦਾ ਉਹ ਵਿਰੋਧ ਕਰ ਰਹੇ ਨੇ। ਕਿਸਾਨਾਂ ਦੇ ਹਿਤੈਸ਼ੀ ਬਣ ਰਹੇ ਨੇ ਜਦਕਿ ਭਾਜਪਾ ਕੈਪਟਨ ਦੀ ਮਦਦ ਕਰ ਰਹੀ ਹੈ ਅਤੇ ਕੈਪਟਨ ਭਾਜਪਾ ਦਾ ਏਜੰਟ ਬਣ ਕੇ ਉਹਨਾਂ ਦੀ ਮਦਦ ਕਰ ਰਿਹਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸਥਾਨਕ ਮੰਡੀ ਵਿਖੇ ਨਵੇਂ ਬਣੇ ਕੌਂਸਲਰਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ ਗਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਨਿਗਮ ਦੇ ਕੌਂਸਲਰ ਚੋਣਾਂ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਉਸ ਦੇ ਬਾਵਜੂਦ ਵੀ ਸੰਗਤ ਮੰਡੀ ਵਿੱਚ 9 ਵਾਰਡਾਂ ਵਿੱਚੋਂ 7 ਵਾਰਡਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਹੂੰਝਾ ਫੇਰ ਕੇ ਜਿੱਤ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਜਿਵੇਂ ਸੰਗਤ ਮੰਡੀ ਵਿੱਚ ਲੋਕਾਂ ਦੇ ਦਮ 'ਤੇ ਹੂੰਝਾ ਫੇਰ ਜਿੱਤ ਹੋਈ ਹੈ ਉਸੇ ਤਰ੍ਹਾਂ 2022 ਦੇ ਵਿੱਚ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਹੂੰਝਾ ਫੇਰ ਜਿੱਤ ਹੋਵੇਗੀ। ਉਹਨਾਂ ਦੱਸਿਆ ਕਿ ਕੈਪਟਨ ਵੱਲੋਂ ਝੂਠੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਗਈ ਸੀ। ਅੱਜ ਹਰ ਵਰਗ ਉਹਨਾਂ ਤੋਂ ਦੁਖੀ ਹੈ। ਹਰ ਪੱਧਰ 'ਤੇ ਪੰਜਾਬ ਪਿਛਲੇ 4 ਸਾਲਾਂ ਤੋਂ ਹੇਠਾਂ ਆ ਗਿਆ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਸੂਬੇ ਦੇ ਲੋਕ ਹੁਣ ਕਾਂਗਰਸ ਦੇ ਰਾਜ ਦੇ ਅੱਕ ਚੁੱਕੇ ਨੇ ਅਤੇ ਉਹ ਬਦਲਾਅ ਚਾਹੁੰਦੇ ਨੇ। ਉਹਨਾਂ ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਇੱਕ ਹੋਰ ਝੂਠ ਦਾ ਬਜਟ ਪੇਸ਼ ਕਰ ਰਹੀ ਹੈ। ਕੈਪਟਨ ਸਾਹਿਬ ਜਿੰਨਾ ਮਰਜ਼ੀ ਝੂਠ ਬੋਲਣ, ਇਸ ਵਾਰ ਲੋਕਾਂ ਨੇ ਉਹਨਾਂ ਨੂੰ ਸੱਤਾ ਤੋਂ ਪਾਸੇ ਕਰਨ ਦਾ ਮਨ ਬਣਾ ਲਿਆ। ਅਕਾਲੀ ਸਰਕਾਰ ਵਿੱਚ ਸੂਬਾ 4 ਪਾਸਿਓਂ ਨੰਬਰ 1 ਹੁੰਦਾ ਸੀ, ਪਰੰਤੂ ਕਾਂਗਰਸ ਸਮੇਂ ਪੰਜਾਬ 19ਵੇਂ ਨੰਬਰ 'ਤੇ ਆ ਗਿਆ। ਉਹਨਾਂ ਨਵਦੀਪ ਕੌਰ ਦੀ ਰਿਹਾਈ 'ਤੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਨਵਦੀਪ ਦੀ ਜੇਲ੍ਹ ਦੇ ਵਿੱਚੋਂ ਰਿਹਾਈ ਹੋਈ ਹੈ। ਉਹਨਾਂ ਦੱਸਿਆ ਕਿ ਇੱਕ ਦਲਿਤ ਨੌਜਵਾਨ ਧੀ ਨੇ ਜਬਰ ਦੇ ਵਿਰੁੱਧ ਆਵਾਜ਼ ਉਠਾਈ, ਪਰੰਤੂ ਕੇਂਦਰ ਸਰਕਾਰ ਨੇ ਉਸ ਨੂੰ ਹੀ ਨਹੀਂ ਬਖਸ਼ਿਆ। ਗ੍ਰਿਫਤਾਰ ਕਰਕੇ ਉਸ ਲੜਕੀ 'ਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ। ਉਹਨਾਂ ਵੱਲੋਂ ਨਵਦੀਪ ਕੌਰ ਦੀ ਰਿਹਾਈ ਲਈ ਪਾਰਲੀਮੈਂਟ ਵਿੱਚ ਆਵਾਜ਼ ਚੁੱਕੀ ਗਈ ਸੀ। ਹਰਸਿਮਰਤ ਕੌਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਬੋਲਦਿਆਂ ਕਿਹਾ ਕਿ ਇਹਨਾਂ ਦੀਆਂ ਕੀਮਤਾਂ ਵਧਣ ਦੇ ਨਾਲ ਹਰ ਵਿਅਕਤੀ 'ਤੇ ਮਹਿੰਗਾਈ ਦਾ ਵੱਡਾ ਬੋਝ ਪੈਂਦਾ ਹੈ। ਉਹਨਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦਾ ਪਹਿਲਾਂ ਹੀ ਕਾਰੋਬਾਰ ਠੱਪ ਸੀ, ਉਸ ਦੇ ਬਾਵਜੂਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਕੇਂਦਰ ਦੇ ਸੂਬੇ ਦੀ ਸਰਕਾਰ ਨੇ 60% ਟੈਕਸ ਲਗਾ ਕੇ ਤੇਲ ਦੀਆਂ ਕੀਮਤਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬੇ ਸਰਕਾਰ ਵੱਲੋਂ 5-5 ਰੁਪਏ ਰੇਟ ਘਟਾ ਕੇ ਆਮ ਆਦਮੀ ਨੂੰ ਰਾਹਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਮੁੱਦੇ 'ਤੇ ਲੜਾਈ ਲੜਦਿਆਂ ਵਿਧਾਨ ਸਭਾ ਦਾ ਘਿਰਾਓ ਵੀ ਕੀਤਾ ਜਾਵੇਗਾ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਇਜ਼ਾਫਾ ਹੋ ਗਿਆ ਅਤੇ ਮਹਿੰਗਾਈ ਨੇ ਆਪਣਾ ਰਿਕਾਰਡ ਤੋੜ ਦਿੱਤਾ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦਾ ਤੇਜ਼ੀ ਦੇ ਨਾਲ ਸਿਲਸਿਲਾ ਜਾਰੀ ਹੈ। ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕੂਡ $66 ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ ਅਤੇ WTI ਦੀ ਕੀਮਤ $63 ਤੋਂ ਉੱਪਰ ਚੱਲ ਰਹੀ ਹੈ।
कुछ दिन की राहत मगरों अज कीमतों के फिर वाधा हो गया। दिल्ली में पेट्रोल की कीमत 24 पैसे प्रति लीटर और डीजल की कीमत 15 पैसे प्रति लीटर का इजाफा होया है। कीमतों में लगातार वाधे की वजह के नाल दिल्ली में पेट्रोल 91 रुपए तो पार पहुँच गया। मुंबई में पेट्रोल प्रति लीटर 97 रुपए 47 पैसे प्रति लीटर हो गया। पंजाब सरकार ने सोशल मीडिया से पंजाब में दोबारा तालाबंदी लाए जाने संबंधी फैलाई जा रही अफवाहों का सख्त नोटिस लिया है। पंजाब सरकार वालों एक ट्वीट करके अजिहां अफवाहों फैलाने वालों को चेतावनी दी गई है। इसे कहा गया कि आम लोग इन अफवाहों तो ना डरन क्योंकि अजिहां झूठियां खबरों से अफवाहों फैलाने वालों के खिलाफ सख्त कार्रवाई की जाएगी। सरकार ने अजिहां अफवाहों तो बचने लिए कहा और स्पष्ट किया कि इन अफवाहों का अज के नियमों के नाल कोई भी संबंध नहीं है। खास गल यह है कि पंजाब सरकार के इस ट्वीट को मुख्यमंत्री कैप्टन अमरिंदर सिंह वालों रीट्वीट किया गया है। मुख्यमंत्री ने ट्वीट करके कहा कि जो भी शरारती अंसर अजिहा अफवाह फैला के जनता विचाले अफरा तफरी का माहौल पैदा करने की कोशिश करेगा उस खिलाफ सरकार वालों सख्त कार्रवाई की जाएगी। उन्होंने कहा कि पंजाब सरकार अजिहा झूठिया खबर सोशल मीडिया से शेयर करने वालों से पूरी नज़र रख रही है तो अजिहे लोगों से कार्रवाई भी की जाएगी। अमरीका के राष्ट्रपति जो बाइडन ने सऊदी अरब के शाह सलमान बिन अब्दुल अजीज अल सऊद के नाल खेती सुरक्षा के नाल जुड़े मुद्दों पर चर्चा की। दोनों नेतावान के दरमियान हुई गलबात के दौरान बाइडन ने दोहराया कि अमरीका ग्लोबल मनुखी अधिकारों और कानून के शासन को महत्ता देता है। व्हाइट हाउस ने यह जानकारी दी। अमरीकी मीडिया की खबरों के मुताबिक बाइडन ने यह फोन अजिहे समय किया जदों सऊदी अरब के पत्रकार जमाल खशोगी 2018 इस्तांबुल में सऊदी वणज दूतावास के अंदर बेरहमी के नाल कतल किए जाने अमरीका की रिपोर्ट आने वाली है। कुछ ही समय में यह रिपोर्ट जारी की जानी है। मनिया जा रहा है कि इस रिपोर्ट में इस गल का जिक्र होगा कि शाह के बेटे ने खशोगी मारने की इजाजत दी सी या नहीं। व्हाइट हाउस ने कहा कि दोवें नेतावान के दरमियान गलबात के दौरान बाइडन ने कई सऊदी अमरीकी कारकुनों और लोऊ जेन अल हथलोऊ को रिहा किए जाने पर सकारात्मक प्रतिक्रिया दी। नाल ही उन्होंने दोहराया कि अमरीका ग्लोबल मनुखी अधिकारों और कानून के शासन की महत्ता दिता है। सऊदी अरब की बीबी अधिकार कारकुन हथलोऊ को 3 साल की हिरासत के बाद इस महीने रिहा किया गया। उन्होंने हाले भी यात्रा पाबंदी लगी हुई है और मीडिया के नाल गलबात पर पाबंदी है। भारतीय जनता पार्टी के कौमी जनरल सकत्तर तरुण चुग ने कहा कि कैप्टन सरकार पंजाब के एसी विद्यार्थियों के नाल मतरिया वर्ताव कर रहा है। चुग ने कहा कि कैप्टन सरकार वालों एससी एसटी विद्यार्थियों को पोस्ट मैट्रिक स्कालरशिप का पैसा ना देने पर पंजाब के 50,000 एससी एसटी विद्यार्थियों की डिग्रियां वख-वख प्राइवेट कॉलेजों में गहने रखी हुई ने। उन्होंने कहा कि पोस्ट मैट्रिक स्कालरशिप का पैसा 2017 तो बकाया है जो कि करीब 1850 करोड़ रुपए है। उन्होंने कहा कि स्कालरशिप ना मिलने के कारण अनुसूचित और पछड़ी श्रेणियों के हज़ारों विद्यार्थी विद्यक संस्थावों तो तंग होकर अपनी शिक्षा छोड़ने पर मजबूर हो रहे हैं। हलका मजीठा के वसनीक एक किसान आगू जो कि दिल्ली विखे चल रहे किसानी संघर्ष के दौरान 18 फरवरी शहीद हो गए सन। शहीद किसान तरसेम सिंह खालसा 2 महीने तो दिल्ली में रोस धरने में जा रहे सन। अज हलका विधायक के सबका कैबिनेट मंत्री बिक्रम सिंह मजीठिया शहीद किसान के परिवार के नाल दुख साझा करने लिए पिंड भूमा पहुंचे। इस मौके पत्रकारों के नाल गलबात करदिआं कहा कि सरकार किसानी संघर्ष को खत्म करना चाहती है। उन्होंने खेतीबाड़ी मंत्री नरेंद्र तोमर के भीड़ वाले बयान की निखेधी करदिआं कहा कि किसान अंदोलन में जुड़े लोग भीड़ नहीं बल्कि किसानों के जज्बात ने। भाजपा सरकार लोगों का दर्द नहीं समझ सकी। मजीठिया ने कहा कि भाजपा वाले जिथे एक पासे अपने आप को देशभक्त खवाने स्टेजों तो जय जवान जय किसान के वड्डे वड्डे नारे लगाते हैं तो दूजे पासे किसानों कदे खालिस्तानी अते कदे देश विरोधी कह के केंद्र सरकार किसानों का अपमान कर रही है। सही मायने में भाजपा सरकार किसान अते जवान के विरोधी है। केंद्र सरकार किसानों अते मजदूरों की गल नहीं सुन रही। उन्होंने कहा कि श्रोमणी अकाली दल वालों किसानी संघर्ष में हर संभव सहयोग जारी रहेगा। मजीठिया ने कहा कि शहीद तरसेम सिंह के परिवार के हौसले बुलंद ने। उन्होंने कहा कि किसानों का एक एक मकसद खेती कानूनों को रद्द करवाना है पर बहुत दुख की गल है कि सरकार किसानों की गल तक सुनने तैयार नहीं है। इस मौके बिक्रम मजीठिया वालों शहीद हुए किसान के परिवार की माली सहायता करद हो श्रोमणी अकाली दल वालों परिवार को 1 लाख रुपए का चैक दिता। इस मौके उक्त तो इलावा श्रोमणी कमेटी के सीनियर मीत प्रधान सुरजीत सिंह पिट्टेवेंड श्रोमणी कमेटी मैंबर जोत सिंह सामरा गगनदीप सिंह भगना पटवारी गुरप्रीत सिंह सबका सरपंच सुखचैन सिंह भूमा आदि तो इलावा कई आगू और वर्कर हाजिर सन। सो अज हम मुख्य खबरों की पेशकश समाप्त करते हैं। धन्यवाद।